ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਆਪਾਂ ਬਣਾਉਣੇ ਆ ਸਗਰ ਪਾਰੇ, ਤੇ ਚਲੋ ਸ਼ੁਰੂ ਕਰਦੇ ਹਾਂ। ਆਪਾਂ ਸਗਰ ਪਾਰਿਆਂ ਦੀ ਪਹਿਲਾਂ ਚਾਣੀ ਬਣਾ ਲਈਏ। ਇੱਕ ਕੱਪ ਮੈਂ ਸ਼ੂਗਰ ਦਾ ਲੈ ਲਿਆ ਹੈ, ਤਾਂ ਆਪਾਂ ਸ਼ੂਗਰ ਉਨਾ ਪਾਣੀ ਲੈ ਸਕਦੇ ਹਾਂ ਜਿੰਨੀ ਸ਼ੂਗਰ ਆ, ਤੇ ਥੋੜ੍ਹਾ ਜਿਹਾ ਘੱਟ ਲਵਾਂਗੇ ਆਪਾਂ ਪਾਣੀ। ਇੰਨਾ ਕੁ ਮੈਂ ਪਾਣੀ ਲਿਆ ਆ, ਇਹਨੂੰ ਪਾ ਲੈਣਾ ਵਿੱਚ, ਤੇ ਗੈਸ ਆਪਾਂ ਔਨ ਕਰ ਲੈਣਾ ਹੈ। ਮਿਕਸ ਕਰ ਲਈਏ ਇਹਨੂੰ ਆਪਾਂ ਉਨਾ ਚਿਰ ਕਰਨਾ ਜਿੰਨਾ ਤੱਕ ਇੱਕ ਤਾਰ ਦੀ ਤਾਰ ਨਹੀਂ ਬਣ ਜਾਂਦੀ। ਹੁਣ ਆਪਣੇ ਇੱਕ ਤਾਰ ਦੀ ਚਾਣੀ ਬਣੇ ਵਾਲੀ ਹੈ, ਜਦੋਂ ਬਣ ਜਾਣੀ ਆਪਾਂ ਉਸ ਵੇਲੇ ਬੰਦ ਕਰ ਦੇਣਾ ਹੈ। ਅਤੇ ਫਿਰ ਆਪਾਂ ਸਗਰ ਪਾਰੀ ਬਣਾਉਂਦੇ ਹਾਂ। ਆਪਾਂ ਚੈੱਕ ਕਰ ਸਕਦੇ ਹਾਂ ਇੱਕ ਤਾਰ ਦੀ ਆਪਣੀ ਚਾਣੀ ਬਣਦੀ ਹੈ, ਤਾਰ ਬਣਦੀ ਆ ਦੇ, ਅਤੇ ਇੱਦਾਂ ਕਰਕੇ ਵੀ ਚੈੱਕ ਕਰ ਸਕਦੇ ਹਾਂ ਦਾਣਾ ਦੇਖਦਾ। ਤਾਂ ਫਿਰ ਆਪਾਂ ਗੈਸ ਬੰਦ ਕਰ ਦੇਣਾ ਹੈ, ਅਤੇ ਹੁਣ ਆਪਾਂ ਸਗਰ ਪਾਰਿਆਂ ਦਾ ਆਟਾ ਗੁੰਨ ਲਈਏ। ਚਲੋ ਸ਼ੁਰੂ ਕਰਦੇ ਹਾਂ ਸਗਰ ਪਾਰਿਆਂ ਲਈ। ਇੱਕ ਕੱਪ ਆਪਾਂ ਮਿਲ ਲਿਆ ਅਤੇ ਪਾ ਦੇਣਾ, ਅਤੇ ਅੱਧਾ ਕੱਪ ਆਪਾਂ ਹੋਰ ਪਾਉਂਦੇ ਹਾਂ। ਡੇਢ ਕੱਪ ਆਪਾਂ ਮੈਦੇ ਦਾ ਪਾ ਲਿਆ, ਅਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਹਾਂ। ਆਪਾਂ ਘੇ ਪਾਉਣਾ ਹੈ, ਘੇ ਆਪਾਂ ਉਨਾ ਪਾਉਣਾ ਜਿੰਨਾ ਚੱਕ ਆਪਾਂ ਆਟਣਾ ਆਟਾ ਭੁਰਮਾ ਜਿਹਾ ਨਹੀਂ ਹੋ ਜਾਂਦਾ ਮੁੱਠ ਵੱਜਵੀਂ। ਮਿਕਸ ਕਰ ਲਈ, ਜੇ ਆਪਾਂ ਨੂੰ ਹੋਰ ਲੋੜ ਪਊਗੀ ਤਾਂ ਆਪਾਂ ਹੋਰ ਪਾ ਸਕਦੇ ਹਾਂ। ਐਨ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਆਟਾ ਆਪਾਂ ਆਪਣਾ ਆਟਾ ਇੰਨਾ ਇੱਦਾਂ ਦਾ ਹੋਣਾ ਚਾਹੀਦਾ ਆ, ਅਤੇ ਹੁਣ ਆਪਾਂ ਗੁੰਨ ਲੈਣਾ ਆ। ਗੁੰਨਣਾ ਉੱਦਾਂ ਦਾ ਜਿੱਦਾਂ ਆਪਾਂ ਨੂੰ ਥੋੜ੍ਹਾ ਜਿਹਾ ਸੌਫਟ ਜਿਹਾ ਹੋਣਾ ਚਾਹੀਦਾ ਰੋਟੀ ਵਾਂਗ। ਪਾਣੀ ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਆ, ਜ਼ਿਆਦਾ ਨਹੀਂ ਪਾ ਲੈਣਾ ਇੱਕਦਮ। ਆਪਾਂ ਆਟਾ ਹੁਣ ਐਨ ਚੰਗੀ ਤਰ੍ਹਾਂ ਮਲ ਲਿਆ ਆ, ਅਤੇ ਇਹਨੂੰ ਢੱਕ ਕੇ 10 ਕੁ ਮਿੰਟ ਰੱਖ ਲੈਣਾ ਆ, ਅਤੇ ਫਿਰ ਆਪਾਂ ਇਹਨੂੰ ਵੇਲ ਕੇ ਪੀਸ ਕੱਟ ਲੈਣੇ ਆ। ਆਪਾਂ ਥੋੜ੍ਹਾ ਜਿਹਾ ਤੇਲ ਪਾ ਲਈਏ, ਵੈਜੀਟੇਬਲ ਓਇਲ ਆ। ਅਤੇ ਗੈਸ ਔਨ ਕਰ ਲੈਂਦੇ ਹਾਂ, ਜਦ ਤੱਕ ਆਪਣਾ ਤੇਲ ਗਰਮ ਹੁੰਦਾ ਹੈ। ਅਤੇ ਫਿਰ ਆਪਾਂ ਰੋਟੀ ਵੇਲ ਲੈਂਦੇ ਹਾਂ, ਅਤੇ ਉਹਦੇ ਪੀਸ ਕੱਟਦੇ ਹਾਂ। ਥੋੜ੍ਹਾ ਕਿ ਆਪਾਂ ਮਲ ਲੈਂਦੇ ਹਾਂ ਆਟਾ, ਅਤੇ ਫਿਰ ਆਪਾਂ ਇਹਦੇ ਰੋਟੀ ਵੇਲਦੇ ਹਾਂ। ਅਤੇ ਰੋਟੀ ਐਨ ਪਤਲੀ ਨਹੀਂ ਵੇਲਣੀ, ਮੋਟੀ ਰੱਖਾਂਗੇ ਥੋੜ੍ਹੀ ਜਿਹੀ। ਆਪਾਂ ਰੋਟੀ ਵੇਲ ਲਈ ਆ, ਅਤੇ ਇੰਨੀ ਮੋਟੀ ਹੋਣੀ ਚਾਹੀਦੀ ਆ। ਅਤੇ ਆਪਾਂ ਹੁਣ ਇਹਦੇ ਪੀਸ ਕੱਟ ਲੈਣੇ ਆ। ਪੀਸ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਜਿੱਦਾਂ ਵੀ ਕੱਟ ਸਕਦੇ ਆ।
हम आप सगर पारे पा देने अपना तेल गर्म है इन मीडियम हीट ते कर लेना है आप उन्ना चेर फ्राई करने जिन्ना चेक गोल्डन ब्राउन नहीं हो जाते ज्यादा ब्राउन भी नहीं करने जिदा बदाम कलर अपने थोड़े गोल्ड ब्राउन हो थोड़े जो होर सफर ने आप कद लेना इन्हों सेक बिल्कुल मीडियम होना चाहिए ज़्यादा हाई भी नहीं होना चाहिए इदा का कलर होना चाहिए है कद लेना सगर पारे पा ले तो गैस अपना आने आप उन्ने चेर हिलाने जिन्ने चक सारी शुगर इन्हें सारे सगरा पारा लग नहीं जाती तो हौली हौली हिलाना है ज़्यादा तेज नहीं करना फिर नहीं तो सगर पारे अपने टुट जाने शुगर अपनी सारे सगर पर लग गई है तो इन्हें आप गैस न कर देना बंद हूँ तो उन्हें चेर हिलाई जाना जिन्हें चेर खाण माड़ा जहा एन सारे कले कले हो जाएंगे फिर जी ओपरी शुगर वो लैथ जानी है अपने सारे सगर पर शुगर लग गई है आ जी एक्सट्रा शुगर ही निकल जानी है ये तुम बाद किसी चीज वरत सकते हैं इन माड़ी जी ठंडी हो जाए फिर आप इन कड लवेंगे ये मैं सगर पारे बना ले ते तुसी भी बना के देखियो ते मैंने दस्यो थोड़े सगर पारे किदां दे बने हैं ते मेरी वीडियो नू लाइक करो शेयर करो कमेंट करो ते अज दी वीडियो मेरी इत्थे ते सी मेरे वालों सारे नू प्यार भरी सत श्री अकाल।